ਮੈਨੂੰ ਲੱਗਦਾ ਬਾਦਲ ਸਾਹਿਬ ਮੈਨੂੰ ਘੱਟ ਪਿਆਰ ਕਰਦੇ ਆ, ਤੁਹਾਨੂੰ ਜ਼ਿਆਦਾ ਕਰਦੇ ਆ। ਆਜ਼ਾਦੀ ਚ ਮੈਂ 17 ਸਾਲ ਜੇ ਗੱਡੀ ਹੈ, ਹੁਣ ਤਾਂ ਪੁੱਛੋ ਪੁੱਛੇ ਗੱਡੀ ਨੂੰ ਤੁਰ, ਇਹਨਾਂ ਨੂੰ ਤਾਂ ਪੱਕੀ ਪਕਾਈ ਮਿਲ ਗਈ, ਖਾਲ ਪਰੋਸ ਕੇ ਬਣਾ ਦਾ, ਹੁਣ ਕਬਜ਼ਾ ਕਰ ਨੂੰ ਫਿਰਦੇ। ਇੱਕ ਮਹੀਨੇ ਦੇ ਅੰਦਰ ਸਿੱਖ ਕੌਮ ਤੇ ਹਮਲਾ ਕੀਤਾ ਗਿਆ, ਸਭ ਤੋਂ ਪਹਿਲੇ ਤਾਂ ਆਪਣੇ ਗੁਰੂ ਸਾਹਿਬ ਤੇ ਹਮਲਾ ਕੀਤਾ ਗਿਆ, ਉਹਦੇ ਬਾਅਦ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖ ਕੌਮ ਦੀ ਸੁਪਰੀਮ ਅਥਾਰਿਟੀ ਹੈ ਉਸ ਤੇ ਹਮਲਾ ਕੀਤਾ ਗਿਆ। ਇਹਨਾਂ ਹਮਲਿਆਂ ਦੇ ਮਗਰ ਕੌਣ ਹੈ? ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਨਾਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ। ਪਰ ਮੇਰੀ ਆਦਤ ਹੀ ਹੈ ਕਿ ਟੁੱਲੇ ਟੱਲੇ ਮਾਰ ਲੈਂਦੇ, ਟੁੱਲੇ ਮਾਰ ਕੇ ਹੀ ਕੰਮ ਬਣ ਜਾਂਦਾ, ਟੁੱਲੇ ਮਾਰ ਕੇ ਬਣ ਜਾਏ ਮੈਂ ਮੁੱਖ ਮੰਤਰੀ ਬਣ ਜਾ। ਹੈਂਡੀਕੈਪ ਹੋ ਜਾਂਦਾ ਨਾ, ਉਹਨੂੰ ਸਹਾਰੇ ਦੀ ਲੋੜ ਹੁੰਦੀ ਹੈ, ਪਰ ਜੇ ਜਿਹੜੀ ਜਿਹਦੇ ਛੱਟੀ ਨਾਲ ਜਿਹੜਾ ਆਪਣਾ ਆਪਣਾ ਕਿਸੇ ਸਟਿੱਕ ਨਾਲ ਤੁਰਦਾ, ਉਹ ਸਟਿੱਕ ਟੁੱਟੀਆਂ ਹੋਣ ਤੁਰ ਨਹੀਂ ਸਕਦਾ, ਰੇਸ ਕਿਵੇਂ ਲੜੂਗਾ? ਤੁਰਿਆ ਨਹੀਂ ਜਾਂਦਾ ਉਹਨਾਂ ਦਾ, ਉਹ ਉਹਨਾਂ ਨੇ ਟੁੱਟੀਆਂ ਛੱਟੀਆਂ ਦੋ ਲੈ ਲਈਆਂ, ਉਹ ਤਾਂ ਜਮਾ ਹੀ ਨਹੀਂ ਤੁਰ ਸਕਦੇ। ਮੈਂ ਆਪਣੇ ਖਾਨਦਾਨ ਨੂੰ ਕਲੰਕਿਤ ਹੋਣ ਤੋਂ ਬਚਾਉਣ ਦੀ ਖਾਤਰ ਤੂੰ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦੇ, ਮੈਨੂੰ ਕੀ ਸੀ, ਮੈਂ ਤਾਂ ਬਹੁਤ ਵਾਰੀ ਵੇਖ ਲਿਆ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਤਾਰੀਫ ਸੁਣੀ ਉਹਨਾਂ ਦੀ, 16 ਤਾਂ ਪਰਚੇ ਉਹਨਾਂ ਦੇ ਲੁੱਟ ਖੋ ਦੇ ਹੋਰ ਚੀਜ਼ਾਂ ਦੇ। ਤਬਾਸ਼ਬੀਨ ਦੇ ਚ ਉਹ ਗਵਰਲੇ ਟੀਚਰਾਂ ਕਰ ਲਈਆਂ, ਕੁਛ ਤੁਹਾਨੂੰ ਵੀ ਕਰ ਦਿੰਦਾ ਹੋਣਾ। ਉਹ ਟੈਂਪੋ ਸਮਝਦਾ ਹੈ ਕਿ ਪਤਾ ਨਹੀਂ ਮੇਰੇ ਨਾਲ ਸਾਰੇ ਮੇਰੇ ਨਾਲ, ਉਹ ਗਾਣਾ ਸੁਣਨ ਮੁਫ਼ਤ ਦਾ ਉਹਨਾਂ ਨੂੰ ਮਿਲ ਗਿਆ। ਮੈਂ ਤਾਂ ਫੀਸ ਦੇ ਕਦੇ ਖੁਸ਼ ਹੋਏ ਚੁੱਟ ਕੋਈ ਸੁਣ ਕੇ ਇਸ ਤਰ੍ਹਾਂ ਦੇ ਬਹੁਤ ਸੁਣਾਉਂਦਾ ਰਹੇ ਪਹਿਲਾਂ। ਉਹ ਜਿਹੜੀ ਸੜਕ ਇੰਨੇ ਬਣਾਉਣ ਲੱਗੇ ਹੋ ਇੱਥੇ ਤੁਸੀਂ ਚੰਡੀਗੜ੍ਹ ਤੱਕ, ਉਹ ਸੜਕ ਲੁੱਕ ਦੀ ਨਹੀਂ ਬਣਨੀ, ਉਹ ਸੜਕ ਬਣਨੀ ਹੈ ਸੀਮੈਂਟ ਦੀ। ਉਹ ਜਿਹੜੇ ਲੁੱਕ ਦੀਆਂ ਸੜਕਾਂ ਦੇ ਟੋਏ ਪੈ ਜਾਂਦੇ ਸੀ ਨਾ, ਤੁਸੀਂ ਦੇਖਿਆ ਟੁੱਟ ਜਾਂਦੀਆਂ ਸੀ, ਹੁਣ 45 ਸਾਲ ਭਾਵੇਂ ਬੰਬ ਵੀ ਸਿਰ ਤੇ ਟੁੱਟਦੀ ਨਹੀਂ ਹੈ ਸੜਕ। ਸਤਸੇ ਜਾ ਰਿਹਾ ਸੀ ਮਾਨਸਾ ਸਦੂਲਗੜ੍ਹ, ਵਧੀਆ ਸੜਕ ਮੱਖਣ ਵਾਂਗੂ ਸੜਕ ਜਾ ਰਹੀ ਸੀ, ਇਕਦਮ ਟੋਏ ਆ ਗਏ, ਗੱਡੀਆਂ ਮਸਾਂ ਵਿੱਚ ਟੋਇਆ ਹੀ ਡਿੱਗੀਆਂ। ਮੈਂ ਕਿਹਾ ਕਿੱਥੇ ਆ ਗਏ? ਕਹਿੰਦੇ ਹਰਿਆਣੇ ਜਾ ਰਹੇ। ਨਵੀਂ ਸਕੀਮ ਕੱਢਣ ਲੱਗੇ, ਨਵੀਂ ਸਕੀਮ ਤੇ ਪੁਲ ਉੱਤੇ ਕਰਕੇ ਇੱਥੇ ਵੱਡੀਆਂ ਕਿਸ਼ਤੀਆਂ, ਮੈਨੂੰ ਅਗਲੇ ਹਫ਼ਤੇ ਬੁਲਾਇਆ ਤੇ ਕਹਿਣ ਲੱਗੇ ਗਡਕਰੀ ਸਾਹਿਬ ਕਿ ਆਪਾਂ ਪਹਿਲਾ ਸੂਬਾ ਪੰਜਾਬ ਨੂੰ ਲਾਉਂਗਾ ਮੈਂ, ਇੱਥੇ ਵੱਡੀਆਂ ਕਿਸ਼ਤੀਆਂ ਜਿੱਥੇ 50 ਤੇ 100 ਨੇ ਬੰਦਾ, ਅਸੀਂ ਕਿਸ਼ਤੀਆਂ ਸੈਂਟਰ ਸਰਕਾਰ ਤੋਂ ਮਨਜ਼ੂਰ ਕਰਕੇ ਅਸੀਂ ਵਧੀਆ ਬਾਹਰ ਸੜਕਾਂ ਤੇ ਜਾਂਦੇ ਸੀ, ਹੁਣ ਤੁਹਾਨੂੰ ਨਹਿਰਾਂ ਦੇ ਨਾਲ ਮੱਛੀਆਂ ਫੜਦੇ ਰਹੇ ਨਾਲੇ ਬੈਠੇ। ਉਹ ਟੈਂਪੋ ਸਮਝਦਾ ਕਿ ਪਤਾ ਨਹੀਂ ਮੇਰੇ ਨਾਲ ਸਾਰੇ ਮੇਰੇ ਨਾਲ, ਉਹ ਗਾਣਾ ਸੁਣਨ ਮੁਫ਼ਤ ਦਾ ਉਹਨਾਂ ਨੂੰ ਮਿਲ ਗਿਆ। ਗੜਕੀ ਸਾਹਿਬ ਨੇ ਆਪ ਚਲਾਈ ਹੈ ਬਸ ਤੇ ਗੈਸ ਕੇ ਨਾਲ, ਜਿਹੜਾ ਪਾਣੀ ਚ ਵੀ ਜਾਂਦੀ ਹੈ ਤੇ ਸੜਕ ਤੇ ਵੀ ਜਾਂਦੀ ਹੈ। ਫਿਰ ਮੈਂ
ਮੈਂ ਵੀ ਦੇਖੀ ਹੈ, ਉਹ ਬੱਸ ਮੈਂ ਵੀ ਦੇਖੀ ਹੈ, ਮੈਂ ਵੀ ਉਹਦੇ ਸੈਰ ਕਰਨ ਗਿਆ ਸੀ। ਉਹ ਗੁਬਾਰਲੇ ਟੀਚਰਾਂ ਕਰ ਲਈਆਂ, ਕੋਈ ਤੁਹਾਨੂੰ ਵੀ ਕਰ ਦਿੰਦਾ ਹੋਣਾ। ਗਡਕਰੀ ਸਾਹਿਬ ਨੇ, ਕਿਹਾ ਮੈਂ ਉਹ ਵੀ ਚਾਲੂ ਕਰਨ ਲੱਗਿਆ ਜੇ ਫਰੀਦਕੋਟ ਤੋਂ ਪਾਣੀ ਵਾਲ ਲਈ ਤੇ ਇੱਥੇ ਮਲੋਟੋ ਨੇ ਤੇ ਸੜਕ ਤੇ ਚੜ ਕੇ ਮਲੋਟ ਆ ਗਏ। 18,000 ਕਰੋੜ ਦੱਸਿਆ ਕਿੰਨੇ, ਮੈਨੂੰ ਲੱਗਦਾ ਜੇ ਨੋਟਾਂ ਨੇ ਭਰ ਲੱਗ ਜਾਈਏ, ਮੈਨੂੰ ਲੱਗਦਾ ਕੋਈ 700-800 ਟਰੱਕ ਬਣ ਜੂ ਨੋਟਾਂ ਦਾ। ਸਾਡੇ ਇਲੈਕਸ਼ਨ ਚ ਇਹੀ ਸੱਜਣ ਸੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਕਾ ਕੇਜਰੀਵਾਲ ਹੈ। ਅਗਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਕਾ ਕੇਜਰੀਵਾਲ ਹੈ ਤੋ ਬਾਦਲ ਸਾਹਿਬ ਕਹਿ ਰਹੇ ਕਿ ਕੇਜਰੀਵਾਲ ਕੋਲ ਹੈ, ਤੇ ਬਾਪ ਬੇਟਾ ਪਲੀਜ਼ ਸਲਾਹ ਕਰੀਏ। ਸਹੀ ਬਈ ਤੇ ਬਾਦਲ ਸਾਹਿਬ ਦਾ ਪਰਿਵਾਰ ਨਾਲ ਵੀ ਕੋਈ ਪਿਆਰ ਨਹੀਂ ਹੈ। ਇਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ, ਇਹਨਾਂ ਨੂੰ ਪਛਾਣਨ ਦੀ ਲੋੜ ਹੈ ਕਿਹੜੇ ਆਪਣੇ ਆ ਕਿਹੜੇ ਬਾਹਰ। ਸਹੀ ਬਈ ਤੇ ਬਾਦਲ ਸਾਹਿਬ ਕ੍ਰਿਕਟ ਵਾਂਗੂ ਹੈ, ਰੰਗ ਬਦਲਦੇ ਹੈ, ਕਹਿੰਦੇ ਕੁਛ ਹੈ ਕਰਦੇ ਕੁਛ ਹੈ, ਅੱਧੇ ਇਹਨਾਂ ਦੇ ਸ਼ਰਾਬੀ ਤੇ ਨਸ਼ੇੜੀ ਹੈ, ਮੈਨੂੰ ਪਤਾ ਕਿਹਦੀ ਬਾਰੇ ਗੱਲ ਕਰ ਰਿਹਾ। ਬਸ ਬਸ ਯਾਰ ਵਿੱਚ ਨਾ ਬੋਲਿਆ ਕਰਦਾ।